500 ਸਾਲ ਦੇ ਬਾਅਦ ਅਗਰ ਭਗਵਾਨ ਰਾਮ ਦਾ ਮੰਦਿਰ ਬਣਾਈ ਸਕਦਾ ਹੈ ਤਾਂ ਬੀਜੇਪੀ ਬਣਾਈ ਸਕਦੀ ਹੈ, ਕੋਈ ਨਹੀਂ ਬਣਾਈ ਸਕਦਾ। ਔਰ ਰਜੀਵ ਸ਼ਰਮਾ ਦਾ ਔਰ ਜਿਹੜੇ ਸੰਤ ਕਾਰਨ ਅੱਜ ਤੱਕ ਉਹਨੇ ਪਾਰਟੀ ਨਹੀਂ ਬਦਲੀ ਔਰ ਆਪਣੇ ਪਹਿਲੇ ਸੰਘ ਵਿੱਚ ਰਹੇ ਫਿਰ ਪਾਰਟੀ ਆਏ ਔਰ ਆਪਣਾ ਹਿੰਦੂ ਸਮਾਜ ਦੀ ਜਿੰਨਾ ਹੋ ਸਕਦਾ ਇੰਨੀ ਉਹਦੀ ਕੱਟੜਤਾ ਆਪਣੇ ਅੰਦਰ ਰੱਖੀ ਔਰ ਆਪਣੇ ਹਿੰਦੂ ਸਮਾਜ ਦੀ ਜਗਾਇਆ। 370 ਔਰ 33 ਦੀ ਗੱਲ ਕਰਦੇ ਨੇ ਕਿ ਇੰਨਾ ਟੁੱਟੀ ਆ, ਤੁਸੀਂ ਪਤਾ ਹੈ ਬਾਕੀ ਕੋਈ ਪਾਰਟੀ ਦਾ ਨਾਮ ਹੀ ਨਹੀਂ ਲੈ ਸਕਦੀ, ਤੋਂ ਨਾਲੇ ਬੜੀ ਦੂਰ ਦੀ ਗੱਲ ਹੈ, ਇਹ ਨਾ ਲਿਆ ਜਾਂਦੇ ਤਾਂ ਵੀ ਜੇਲ੍ਹ ਅੰਦਰ ਹੋਈ ਜਾਂਦੇ। ਔਰ ਬੀਜੇਪੀ ਨੇ ਤੋੜੀਆਂ ਦੱਸਿਆ ਔਰ ਤਖਤ ਦੱਸਿਆ ਆਪਣੇ ਹਿੰਦੁਸਤਾਨ ਔਰ ਹਿੰਦੂਆਂ ਦੀ। ਕੋਈ ਵੀ ਐਸਾ ਬੰਦਾ ਵੀ ਨਹੀਂ ਹੈ, ਐਸੀ ਪਾਰਟੀ ਵੀ ਨਹੀਂ ਹੈ ਜਿੱਧਰ ਤੁਸੀਂ ਜਾਣਾ। ਸਾਡੇ ਕੋਲ ਜਿਹੜੀ ਪਾਰਟੀ ਹੈ ਨਾ, ਇਹ ਵਿਸ਼ਵ ਦੀ ਬੜੀ ਪਾਰਟੀ ਹੈ, ਜਿੱਥੇ ਸਾਡੇ ਪਾਰਟੀ ਦੇ ਪ੍ਰਧਾਨ ਮੰਤਰੀ ਉੱਪਰ ਖੜੋਤੇ ਦੇ ਨਰਿੰਦਰ ਭਾਈ ਮੋਦੀ ਜੀ, ਜਿਹੜੇ ਸਾਡੇ ਲੋਕੇ ਤਾਂ ਗਰੀਬੀ ਲੋਕੇ ਦਾ ਹੀ ਭਲਾ ਕਰਦੇ, ਤੁਸੀਂ ਸਾਰੇ ਹੀ ਪਤਾ ਨਾ। ਉਹਨੇ ਵੀ ਆਪਣੀਆਂ ਦੋ ਦੋ ਭੈਣਾਂ ਕਦੇ ਚਾਰ ਚਾਰ ਵੀ ਕੱਢ ਗਏ ਨਾ, ਵੀ ਨੀ ਲੱਗਦਾ ਅਸੀਂ ਕਿਸੇ ਗੱਲਾਂ ਦੀ ਵੀ ਕਮੀ ਰਹੂ। ਅਸੀਂ ਸਾਰੇ ਮਿਲੀ ਜੁਲੀ ਹੈ ਭਾਜਪਾ ਦੀ ਜਿਤਾਉਣਾ ਔਰ ਰਜੀਵ ਸ਼ਰਮਾ ਨੂੰ MLA ਬਣਾਉਣਾ, ਤੇ ਅਸੀਂ ਇਹ ਗੱਲ ਆਹਾਂਗੇ ਕਿਉਂਕਿ ਆਉਣ ਵਾਲੇ ਸਮੇਂ ਚ ਤੁਸੀਂ ਦੇਖੋ ਨਾ ਹੋਰ ਵੀ ਕੋਈ ਪਾਰਟੀ ਆ ਤੇ ਉਹਦੇ ਚ ਕੋਈ ਫਾਇਦਾ ਨਹੀਂ ਹੋਣਾ। ਤੁਹਾਡੇ ਅੱਗੇ ਸਾਰੇ ਅੱਗੇ ਦੁਆਵਾਂ ਹੱਥ ਜੋੜੀਆਂ ਪ੍ਰਾਰਥਨਾ ਹੈ ਕਿ ਜਿਹੜਾ ਇੱਕ ਇੱਕ ਵੋਟ ਹੈ ਉਹ ਬੜਾ ਕੀਮਤੀ ਹੈ, ਕੋਈ ਵੀ ਜਿਹੜਾ ਉਹ ਅੱਗੇ ਪਿੱਛੇ ਨਹੀਂ ਜਾਣਾ ਚਾਹੀਦਾ, ਕੋਈ ਗੁੰਮਰਾਹ ਨਹੀਂ ਹੋਣਾ ਚਾਹੀਦਾ। ਇਲਾ ਲੋਕ ਆਹ ਕਰਨ ਦੀ ਬੜੀ ਕੋਸ਼ਿਸ਼ ਕਰਾ ਦੇ ਔਰ ਸੱਚਾਈ ਵੀ ਦਿਖਣਾ ਤੁਸੀਂ, ਸੱਚ ਕੀ ਹੈ, ਸੱਚ ਦਾ ਸਾਥ ਦੇਣਾ ਹੈ। ਸਨਾਤਨ ਦਾ ਮੁੱਖ ਰੱਖੀ ਜਾਣਾ, ਉਹ ਤੋਂ ਬਾਅਦ ਸਾਰੇ ਹੀ ਬੇਨਤੀ ਕਰਾਂ ਆਪਣੇ ਪਰਿਵਾਰ ਕੇ ਜਿੰਨੇ ਵੀ ਹੈ, ਜਿੰਨੇ ਵੀ ਨੌਜਵਾਨ ਸਾਥੀ, ਖਾਸ ਕਰਕੇ ਮੇਰੇ ਨੌਜਵਾਨ ਸਾਥੀਆਂ ਦਾ ਬੜਾ ਵੱਡਾ ਯੋਗਦਾਨ ਹੈ ਤੇ ਮਾਤਰ ਸ਼ਕਤੀ ਦਾ, ਵੀ ਉਹ ਸਾਰੇ ਆਪਣੇ ਆਪਣੇ ਪਰਿਵਾਰ ਦੇ ਸਾਰੇ ਇੱਕ ਇੱਕ ਵੋਟ ਜਾਂ ਰਜੀਤ ਸ਼ਰਮਾ ਦੇ ਹੱਕ ਚ ਭੁਗਤਾਨ, ਤਾਂ ਕਿ ਸਾਡੀ ਕਾਮਯਾਬੀ ਹੈ, ਤਾਂ ਕਿ ਇਹਨਾਂ ਦੀ ਕਾਮਯਾਬੀ। 500 ਸਾਲ ਦੇ ਬਾਅਦ ਅਗਰ ਭਗਵਾਨ ਰਾਮ ਦਾ ਮੰਦਿਰ ਬਣਾਈ ਸਕਦਾ ਹੈ ਤਾਂ ਬੀਜੇਪੀ ਬਣਾਈ ਸਕਦੀ ਹੈ, ਕੋਈ ਨਹੀਂ ਬਣਾਈ ਸਕਦਾ। 370 ਔਰ 33 ਦੀ ਗੱਲ ਕਰਦੇ ਨੇ ਕਿ ਇੰਨਾ ਟੁੱਟੀ ਆ, ਤੁਸੀਂ ਪਤਾ ਹੈ ਬਾਕੀ ਕੋਈ ਪਾਰਟੀ ਦਾ ਨਾਮ ਹੀ ਨਹੀਂ ਲੈ ਸਕਦੀ, ਤੋਂ ਉਹਨਾਂ ਦੇ ਬੜੀ ਦੂਰ ਦੀ ਗੱਲ ਹੈ, ਇਹ ਨਾ ਲਿਆ ਜਾਂਦੇ ਤਾਂ ਵੀ ਜੇਲ੍ਹ ਅੰਦਰ ਹੋਈ ਜਾਂਦੇ। ਔਰ ਬੀਜੇਪੀ ਨੇ ਤੋੜੀਆਂ ਦੱਸਿਆ ਔਰ ਤਖਤ ਦੱਸਿਆ ਆਪਣੇ ਹਿੰਦੁਸਤਾਨ ਔਰ ਹਿੰਦੂਆਂ ਦੀ, ਕਿ ਤਾਕਤ ਕਿਆ ਹੁੰਦੀ ਹੈ, ਇਹ ਬੀਜੇਪੀ ਦੀ ਤਾਕਤ ਹੈ। ਔਰ ਸਾਡੇ ਰਜੀਵ ਸ਼ਰਮਾ ਔਰ ਅਗਰ ਇਹਨਾਂ ਦਾ ਬੱਚਾ ਚਲੀ ਜਾਗ ਨਾ, ਉਹਦਾ ਵੀ ਆਪਣੇ ਸਾਰੇ ਦਿਲ ਸੇ ਸਵਾਗਤ ਕਰਦੇ ਨੇ, ਇਹ ਕੋਈ ਹੁੰਦੀ ਹੈ ਅਸਲ ਨਾਮਾ ਸੁਣਨਾ ਨਹੀਂ ਚਾਹੁੰਦੇ। ਔਰ ਰਜੀਵ ਸ਼ਰਮਾ ਦਾ ਔਰ ਜਿਹੜੇ ਸੰਤ ਕਾਰਨ ਅੱਜ ਤੱਕ ਉਹਨੇ ਪਾਰਟੀ ਨਹੀਂ ਬਦਲੀ ਔਰ ਆਪਣੇ ਪਹਿਲੇ ਸੰਘ ਵਿੱਚ ਰਹੇ ਫਿਰ ਪਾਰਟੀ ਆਏ ਔਰ ਆਪਣਾ ਹਿੰਦੂ ਸਮਾਜ ਦੀ ਜਿੰਨਾ ਹੋ ਸਕਦਾ ਇੰਨੀ ਉਹਦੀ ਕੱਟੜਤਾ ਆਪਣੇ ਅੰਦਰ ਰੱਖੀ ਔਰ ਆਪਣੇ ਹਿੰਦੂ ਸਮਾਜ ਦੀ ਜਗਾਇਆ ਔਰ ਸਾਰੇ ਜਾਗਣਾ ਹੈ, ਇਹ ਮੌਕਾ ਹੈ, ਇਹ ਬਾਰ ਬਾਰ ਨਹੀਂ ਆਉਣਾ। ਅਗਰ ਜਿਹੜਾ ਇੱਕ ਵਾਰੀ ਮੌਕਾ ਖਿਜਾਈ ਦੇਗੋ ਤੇ ਫਿਰ ਤੁਸੀਂ ਪਤਾ 100 ਸਾਲ ਹੋਰ ਲੱਗੀ ਜਾਣਾ। ਇੱਕ ਇੱਕ ਬੋਰਡ ਕੀਮਤੀ ਆ, ਜਿਹੜਾ ਮਰਜ਼ੀ ਆ ਲਾਲਚ ਦਿੰਦਾ, ਅਸੀਂ ਇਹਦੇ ਚ ਇਹ ਕਰ ਲੈਣਾ ਇਹ ਕਰ ਲੈਣਾ, ਕੋਈ ਕੱਖ ਨਹੀਂ ਕਰ ਸਕਦਾ। ਜਿਹਨੇ ਆਪਣਾ ਜੀਵਨ ਉਸ ਪਾਰਟੀ ਵਿੱਚ ਖੋਜ ਦਿੱਤਾ ਉਹਨੇ ਇਹ ਚਾਹੀਦਾ। ਸਾਰੇ ਅੱਗੇ ਕਿਆ ਪ੍ਰਾਰਥਨਾ ਹੈ, ਅਸੀਂ ਜ਼ਿਆਦਾ ਸਮੇਂ ਕੁਛ ਨਹੀਂ ਲੈਂਦੇ ਕਿਉਂਕਿ ਸਾਡੇ ਰਜੀਵ ਸਾਹਿਬ ਹੁੰਦੇ ਬਹੁਤ ਪ੍ਰੋਗਰਾਮ, 82-83% ਬੋਰਡ ਜਿਹੜੇ ਫੁੱਲਾਂ ਦੀ ਪੇੜ ਜਿਹਨੇ ਮਰਜ਼ੀਆਂ ਚ ਬਣਾਇਆ, ਇਹ ਲੋਕ ਭੜਕਣ ਵਾਲੇ ਨਹੀਂ ਹੈ। ਔਰ ਇੱਕ ਮਤ ਹੋਈ ਹੈ, ਸਾਰੇ ਆਪਣੀ ਜਿਹਦੀ ਕੱਟੜਤਾ ਕਹਿੰਦੇ ਵੋਟ ਪਾਉਣਾ। ਭਾਰਤ ਮਾਤਾ ਕੀ, ਭਾਰਤ ਮਾਤਾ ਕੀ, ਸ਼੍ਰੀ ਰਜੀਵ ਸ਼ਰਮਾ ਜੀ, ਸ਼੍ਰੀ ਰਜੀਵ ਸ਼ਰਮਾ ਜੀ, ਸ਼੍ਰੀ ਰਜੀਵ ਸ਼ਰਮਾ ਜੀ।
ਜੀ ਆਪਣੀ ਜ਼ਮੀਰ ਦੀ ਜਿੰਦਾ ਰੱਖਿਓ, ਕੋਈ ਵੀ ਜ਼ਮੀਰ ਨੀ ਮਾਰਿਓ, ਕੋਈ ਜਿਹੜਾ ਮਰਜ਼ੀ ਆਈ ਆਓ, ਆਪਣਾ ਜਿਹੜਾ ਅੰਦਰ ਜਿਹੜੀ ਆ ਇੱਕ ਬੂੰਦ ਆਪਣੇ ਧਰਮ ਵਾਸਤੇ ਉਹਨਾਂ ਵੋਟ ਜਿਹੜਾ ਪਾਗੋ ਉਹ ਯਾਦ ਰੱਖੋ, ਸਾਡਾ ਇੱਕ ਬੂੰਦ ਕੰਮ ਖੂਨ ਜਿਹੜਾ ਆਈ ਆਪਣੇ ਭਾਰਤ ਵਾਸਤੇ ਔਰ ਆਪਣੇ ਸਨਾਤਨ ਹਿੰਦੂ ਧਰਮ ਵਾਸਤੇ ਬਹੁਤ ਸਿਆਪਤੀ ਹਾਂ ਸਾਰਿਆਂ ਉੱਚੀ ਜਗ੍ਹਾ ਪਰ ਉਹ ਥੱਲਾ ਤਾਂ ਕਿਸੇ ਨੂੰ ਚੁਣੇ ਜਾਏ ਨੇ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਾਲਾ ਇਕੱਠੀ ਚੁਣਾਵੀ ਸਭਾ ਸਾਡੇ ਬੜੇ ਆਦਰਣੀ ਸਾਡੇ ਇਸ ਮੰਡਲ ਦੇ ਅਧਿਆਕਸ਼ ਡਾਕਟਰ ਰਾਮਲਾਲ ਜੀ ਸਾਡੇ ਸਾਡੇ ਬੜੇ ਆਦਰਣੀ ਭਾਰਤੀ ਜਨਤਾ ਪਾਰਟੀ ਅਮਰੀਸ਼ ਨੇਤਾ ਸਾਡੇ ਚੀਫ ਸਾਹਿਬ ਔਰ ਨਾ ਸਿਰਫ ਦੇਸ਼ ਦਾ ਮਾਨ ਸਨਮਾਨ ਬਲਕਿ ਅਗਰ ਤੁਸੀਂ ਗੱਲ ਕਰੋ ਡਿਵੈਲਪਮੈਂਟ ਦੀ ਅਗਰ ਤੁਸੀਂ ਗੱਲ ਕਰੋ ਵਿਕਾਸ ਕਾਰਜ ਦੀ ਤਾਂ ਸਾਥੀਓ ਇੱਕ ਤੋਂ ਇੱਕ ਵੱਡੇ ਪ੍ਰੋਜੈਕਟ ਆ ਜਾਵੇ ਇੱਕ ਗਲੀ ਤੋਂ ਲਈਆ ਔਰ ਚੰਨ ਤੱਕ ਪੁੱਜਣੇ ਤੱਕ ਦੇ ਹਰ ਬੰਦੋਬਸਤ ਉਹਨੇ ਕੀਤੇ ਹਰ ਕੋਈ ਬੰਦੋਬਸਤ ਔਰ ਹਰ ਵਰਗ ਲਈ ਹਰ ਕੰਮ ਵਾਲਾ ਸਾਡੇ ਅੱਜ ਪੰਚਾਇਤੀ ਰਾਜ ਕੀ 30-30 ਲੱਖ ਸਾਢੇ 30-30 ਲੱਖ ਰੁਪਏ ਮਿਲਾ ਸਾਡੇ ਪੰਚਾਇਤੀ 25-25 ਲੱਖ ਰੁਪਏ ਸਾਡੇ ਬੀਡੀਸੀ ਮਿਲਾ ਕਰੋੜ ਕਰੋੜ ਡੀਡੀਐਸ ਮਿਲਾ ਪ੍ਰੋਜੈਕਟ ਵੱਖਰੇ ਵੱਡੇ ਵੱਡੇ ਆਵਾਜ਼ ਕਦੇ ਇੱਕ ਪ੍ਰੋਜੈਕਟ ਆਉਂਦਾ ਹੋਵੇ 5 ਕਰੋੜ ਰੁਪਏ ਦਾ ਦੂਆ ਪ੍ਰੋਜੈਕਟ ਕੁਦਰ ਤਰੋਂ ਸਾਲੇ ਮਿਲਦਾ ਹੈ ਸਾਥੀਓ ਅੱਜ ਲਗਾਤਾਰ ਪ੍ਰੋਜੈਕਟ ਉੱਪਰ ਪ੍ਰੋਜੈਕਟ ਆਵਾਜ਼ ਪ੍ਰੋਜੈਕਟ ਉੱਪਰ ਪ੍ਰੋਜੈਕਟ ਆਵਾਜ਼ ਪ੍ਰੋਜੈਕਟ ਉੱਪਰ ਪ੍ਰੋਜੈਕਟ ਆਵਾਜ਼ ਉੱਥੋਂ ਆਵਾਜ਼ ਸਾਥੀਓ ਸਾਰਾ ਪੈਸਾ ਇਹ ਪੈਸਾ ਆਵਾਜ਼ ਜਿਹੜੀ ਇਸ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰੀ ਲੋਕ ਬੈਠੇ ਦੇ ਉਹਦੇ ਉੱਪਰ ਲਗਾਮ ਲੱਗਣਗੇ ਇਸ ਕਰੀਏ ਸਾਰੇ ਇਕੱਠੇ ਹੋਏ ਦੇ ਪੂਰੇ ਦੇਸ਼ ਦੇ ਜਿੰਨੇ ਵੀ ਨੇਤਾ ਸਾਰੇ ਇਕਜੁੱਟ ਹੋਈਏ ਵਿਸ਼ਵ ਪੂਰਾ ਕੰਨਾ ਲੱਗੀ ਜਾਂਦੇ ਭਾਈ ਇਸ ਇਮਾਨਦਾਰ ਬੰਦੇ ਹੀ ਅਸੀਂ ਦੁਬਾਰਾ ਨਹੀਂ ਆਉਂਦੇ ਇਸ ਨਰਿੰਦਰ ਮੋਦੀ ਕੀ ਦੁਬਾਰਾ ਪ੍ਰਧਾਨ ਮੰਤਰੀ 24 ਚ ਨਹੀਂ ਬਣਨ ਦੇ ਪੂਰੇ ਵਿਸ਼ਵ ਨੇ ਜ਼ੋਰ ਲਾਈ ਲਿਆ ਸਾਥੀ ਕਿਉਂਕਿ ਸਾਰੇ ਹੀ ਪਤਾ ਹਾ ਵਿਸ਼ਵ ਦੇ ਸਾਰੇ ਦੇਸ਼ਾਂ ਹੀ ਪਤਾ ਹਾ ਕਿ ਕਿਤੇ 11ਵੇਂ ਨੰਬਰ ਪਰ ਸਾਡੀ ਅਰਥ ਵਿਵਸਥਾ ਹੁੰਦੀ ਸੀ ਔਰ 11ਵੇਂ ਨੰਬਰ ਪਰ 10ਵੇਂ ਪਰ ਆਉਣ ਵਾਸਤੇ UPA 10 ਸਾਲ ਲੱਗੀ ਗੋਡੇ ਰਗੜਨੇ ਪਈਏ ਲੇਕਿਨ 10ਵੇਂ ਨੰਬਰ ਉੱਪਰ ਨਹੀਂ ਆਈ ਉਦੋਂ ਕੋਲ ਸਾਡੇ ਅੱਜ 10ਵੇਂ ਪਰ 5ਵੇਂ ਸਥਾਨ ਉੱਪਰ ਸਾਡੀ ਲਿਆਂਦੀ ਔਰ ਓਪਨ ਚੈਲੰਜ ਕਰਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਡੀ ਸਰਕਾਰ ਓਪਨ ਚੈਲੰਜ ਕਰਦੀ ਹੈ ਕਿ ਆਉਣ ਵਾਲੇ 3 ਸਾਲਾਂ ਚ ਵਿਸ਼ਵ ਦੀ 30 ਸਾਲ ਵਾਲਾ ਵੱਡੀ ਅਰਥ ਵਿਵਸਥਾ ਬਣਾਉਣਾ ਭਾਰਤ ਦੀ ਔਰ ਸਾਡੀ ਓਪਨ ਚੈਲੰਜ ਕਰਦੇ ਇਸ ਕਰੀਏ ਸਾਰੇ ਦੇਸ਼ ਨੂੰ ਤਰੇਲੀ ਪੈਦੀ ਇਸ ਕਰੀਏ ਸਾਰੇ ਦੇਸ਼ ਸੋਚਦੇ ਹਨ ਕਿ ਅਗਰ ਇਸੇ ਤਰੀਕੇ ਕਨੇ ਚੱਲਦਾ ਰਹੇ ਤਾਂ ਸਾਡੀ ਦੇ ਉਹਨੇ ਪੁੱਛਣਾਂਗੇ ਵੀ ਨਹੀਂ ਸਤਾਰੀਆਂ ਜਿਹੜੇ ਘੁਟਾਲੇ ਚੱਲਦੇ ਹੈ ਸਭ ਕੇ ਚੱਲਦਾ ਹਾਂ ਸਾਥੀ ਉਹ ਘੁਟਾਲੇ ਰੋਕੇ ਉਹਨੇ ਉਹ ਘੁਟਾਲੇ ਰੋਕੀ ਹੈ ਇੱਕ ਤੋਂ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੋ ਕੇ ਪੈਸੇ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਭਾਰਤ ਮਾਤਾ